ਛੋਟਾ ਹਾਥੀ ਲੈਣ ਦੀ ਖੁਸ਼ੀ ਚ ਲੋਕਾਂ ਦਾ ਮੂੰਹ ਮਿੱਠਾ ਕਰਵਾਉਣ ਦੇ ਲਈ ਲੱਡੂ ਲੈਣ ਗਏ ਵਿਅਕਤੀ ਨੂੰ ਫੌਜੀ ਟਰੱਕ ਨੇ ਟੱਕਰ ਮਾਰ ਦਿੱਤੀ। ਹਾਲਾਂਕਿ ਟੱਕਰ ਹੀ ਨਹੀਂ, ਉਸਦੇ ਉੱਪਰੋਂ ਦੀ ਇਹ ਟਰੱਕ ਲੰਘ ਗਿਆ ਜਿਸ ਦੇ ਵਿੱਚ ਉਹ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ ਹੈ। ਤਾਂ ਦੱਸ ਦਈਏ ਕਿ ਇੱਕ ਵਿਅਕਤੀ ਨੇ ਛੋਟਾ ਹਾਥੀ ਲਿਆ ਸੀ ਤੇ ਜਿਵੇਂ ਹੀ ਉਸਨੂੰ ਲੋਕਾਂ ਨੇ ਕਿਹਾ ਕਿ ਬਹੁਤ ਖੁਸ਼ੀ ਦੀ ਗੱਲ ਹੈ ਉਹ ਮੂੰਹ ਮਿੱਠਾ ਕਰਵਾਵੇ, ਤਾਂ ਉਹ ਬਾਈਕ ਚੱਕ ਕੇ ਆਪਣਾ ਲੱਡੂ ਲੈਣ ਦੇ ਲਈ ਜਦੋਂ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਉਸਨੂੰ ਫੌਜੀ ਟਰੱਕ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ। ਹਾਲਾਂਕਿ ਟੱਕਰ ਹੀ ਨਹੀਂ, ਉਸਦੇ ਉੱਪਰ ਤੋਂ ਉਹ ਟਰੱਕ ਨਿਕਲ ਜਾਂਦਾ ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ ਹੈ। ਤਾਂ ਫੌਜੀ ਟਰੱਕ ਨੇ ਇੱਕ ਵਿਅਕਤੀ ਦੀ ਜਾਨ ਲੈ ਲਈ ਹੈ। ਹਾਲਾਂਕਿ ਗਨੀਮਤ ਰਹੀ ਹੈ ਕਿ ਉਸ ਵਿਅਕਤੀ ਦੇ ਨਾਲ ਇੱਕ ਛੋਟਾ ਬੱਚਾ ਵੀ ਸੀ ਜੋ ਕਿ ਸਾਈਡ ਦੇ ਵਿੱਚ ਡਿੱਗਦਾ ਅਤੇ ਉਹ ਵਾਲ ਵਾਲ ਬਚ ਜਾਂਦਾ ਹੈ। ਤਾਂ ਦੱਸ ਦਈਏ ਕਿ ਇੱਕ ਮੋਗਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਵਿਅਕਤੀ ਦੇ ਵੱਲੋਂ ਛੋਟਾ ਹਾਥੀ ਲਿਆ ਜਾਂਦਾ, ਹਾਲਾਂਕਿ ਇੱਕ ਦਿਨ ਪਹਿਲਾਂ ਹੀ ਉਸਦੇ ਵੱਲੋਂ ਲਿਆ ਜਾਂਦਾ ਅਤੇ ਜਦੋਂ ਲੋਕਾਂ ਦਾ ਮੂੰਹ ਮਿੱਠਾ ਕਰਵਾਉਣ ਦੇ ਲਈ ਬਾਜ਼ਾਰ ਦੇ ਵਿੱਚ ਲੱਡੂ ਲੈਣ ਜਾਂਦਾ ਤਾਂ ਰਸਤੇ ਦੇ ਵਿੱਚ ਉਸਨੂੰ ਫੌਜੀਆਂ ਦਾ ਟਰੱਕ ਟੱਕਰ ਮਾਰ ਦਿੰਦਾ। ਹਾਲਾਂਕਿ ਟੱਕਰ ਮਾਰਨ ਤੋਂ ਬਾਅਦ ਉਹ ਟਰੱਕ ਰੁਕਦਾ ਨਹੀਂ, ਸਗੋਂ ਉਸ ਵਿਅਕਤੀ ਦੇ ਉੱਪਰੋਂ ਹੀ ਨਿਕਲ ਜਾਂਦਾ, ਜਿਸ ਤੋਂ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਦੇ ਵੱਲੋਂ ਉਸਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਅਤੇ ਇਸ ਦੌਰਾਨ ਇੱਕ CCTV ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਫੌਜੀਆਂ ਦਾ ਟਰੱਕ ਹੈ ਉਸਦੇ ਵੱਲੋਂ ਕਿਵੇਂ ਬੇਰਹਿਮੀ ਦੇ ਨਾਲ ਟੱਕਰ ਮਾਰੀ ਗਈ ਹੈ। ਚਾਲਕ ਦੀ ਇੱਥੇ ਸਾਫ਼ ਪਤਾ ਲੱਗ ਰਿਹਾ ਕਿ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਆਰਮੀ ਦਾ ਜੋ ਟਰੱਕ ਚਲਾ ਰਿਹਾ ਚਾਲਕ ਸੀ ਉਸਨੇ ਬਾਈਕ ਨੂੰ ਟੱਕਰ ਮਾਰੀ। ਹਾਲਾਂਕਿ ਰੋਕਣ ਦੀ ਬਜਾਏ ਉਸਨੇ ਆਪਣਾ ਟਰੱਕ ਭਜਾਉਣ ਦੀ ਕੋਸ਼ਿਸ਼ ਕੀਤੀ ਅਤੇ ਮੌਕੇ ਤੋਂ ਉਹ ਫਰਾਰ ਹੋ ਗਿਆ ਅਤੇ ਵਿਅਕਤੀ ਦੀ ਜਾਨ ਚਲੀ ਗਈ। ਇੱਕ ਦਿਨ ਪਹਿਲਾਂ ਹੀ ਉਸਨੇ ਚਾਵਾਂ ਦੇ ਨਾਲ ਆਪਣਾ ਛੋਟਾ ਹਾਥੀ ਖਰੀਦਿਆ ਸੀ ਕਿ ਚਲੋ ਪਰਿਵਾਰ ਦਾ ਪੇਟ ਪਾਲੇਗਾ, ਅਤੇ ਲੋਕਾਂ ਨੇ ਜਦੋਂ ਉਸਨੂੰ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਆ ਉਹ ਮੂੰਹ ਮਿੱਠਾ ਕਰਵਾਵੇ, ਤਾਂ ਸਿਰਫ ਉਹ ਲੱਡੂ ਲੈਣ ਦੇ ਲਈ ਹੀ ਦੁਕਾਨ ਦੇ ਉੱਤੇ ਪਹੁੰਚਣ ਵਾਲਾ ਸੀ ਕਿ ਰਾਹ ਦੇ ਵਿੱਚ ਫੌਜੀ ਟਰੱਕ ਦੇ ਚਾਲਕ ਦੀ ਲਾਪਰਵਾਹੀ ਨੇ ਉਸਦੀ ਜਾਨ ਲੈ ਲਈ ਹੈ। ਕੱਲ੍ਹ ਸਾਡਾ ਗੁਆਂਢੀ ਸੀਗਾ ਜੀ, ਮੁੰਡਾ ਸੰਜੀਵ, ਉਹਨੇ ਛੋਟਾ ਹਾਥੀ ਲਿਆ ਸੀਗਾ ਜੀ। ਤੂੰ ਫੈਕਟਰੀ ਵਾਲੇ ਮੁੰਡੇ ਸਾਰੇ ਇਕੱਠੇ ਹੋ ਕੇ ਕਹਿਣ ਲੱਗ ਗਏ ਕਿ ਆਪਾਂ ਨੂੰ ਯਾਰ ਤੂੰ ਮੂੰਹ ਨਹੀਂ ਮਿੱਠਾ ਕਰਾਇਆ। ਉਹ ਲੱਡੂ ਲੈਣ ਗਿਆ ਸੀਗਾ GT ਰੋਡ 'ਤੇ ਜਿੱਥੇ ਬਿਜਲੀ ਘਰ ਆ, ਉੱਥੇ ਉੱਧਰੋਂ ਉਹ ਜਾ ਰਿਹਾ ਸੀ ਅਤੇ ਮਗਰੋਂ ਫੌਜੀਆਂ ਦੀ ਜਿਹੜੀ ਛਾਉਣੀ ਵਾਲਾ ਟਰੱਕ ਹੁੰਦਾ ਜੀ ਫੌਜ ਵਾਲਾ, ਉਹ ਉੱਤੋਂ ਦੀ ਕੋਈ ਲੰਘ ਗਿਆ ਜੀ। ਉਹਨੇ ਨਾ ਵੇਖਿਆ ਅਤੇ ਨਾ ਹੀ ਰੋਕਿਆ ਜੀ ਉਹਨੇ, ਅਤੇ ਮੁੰਡੇ ਦੀ ਉੱਥੇ ਇੱਕ ਪਾਸੋਂ ਲੱਤ ਟੁੱਟ ਗਈ ਜੀ ਅਤੇ ਪੱਟ ਪਾਟ ਗਿਆ ਸਾਰਾ। ਜਦੋਂ ਨੂੰ ਅਸੀਂ ਇੱਥੇ ਹੋਸਪਿਟਲ ਲੈ ਕੇ ਆਏ ਤਾਂ ਡਾਕਟਰਾਂ ਨੇ ਉਹਨੂੰ ਡੈਥ ਹੋ ਚੁੱਕੀ ਉਹਨਾਂ ਨੇ ਦੱਸਿਆ ਜੀ। ਉੱਥੇ ਬਸ ਸਾਰੇ ਜਿਹੜੇ ਲੋਕ ਇਕੱਠੇ ਹੋ ਗਏ ਸੀ ਉਹਨਾਂ ਨੇ ਸਾਨੂੰ ਦੱਸਿਆ ਜੀ। ਇਕੱਲਾ ਸੀ ਮੋਟਰਸਾਈਕਲ 'ਤੇ? ਨਹੀਂ, ਇਹਦੇ ਨਾਲ ਇੱਕ ਛੋਟਾ ਬੱਚਾ ਹੋਰ ਵੀ ਬੈਠਾ ਸੀਗਾ ਜੀ, ਪਰ ਉਹ ਠੀਕ ਆ ਜੀ, ਉਹਦੀ ਹਾਲਾਤ ਠੀਕ ਹੈ। ਹਾਂਜੀ ਹਾਂਜੀ, ਬਿਲਕੁਲ ਠੀਕ ਹੈ। ਇਹ ਆਪਣੀ ਸਾਈਡ ਆ ਰਿਹਾ ਸੀਗਾ? ਇਹ ਆਪਦੀ ਸਾਈਡ ਸੀਗਾ ਜੀ, ਬਿਲਕੁਲ ਜੀ। ਅਸੀਂ ਵੀਡੀਓ ਦੇਖੀ ਆ ਜੀ, ਉਹ ਬੜੀ ਬੇਰਹਿਮੀ ਨਾਲ ਉੱਤੋਂ ਦੀ ਲੰਘ ਗਿਆ ਜੀ ਮੋਟਰਸਾਈਕਲ ਦੇ, ਨਾ ਹੀ ਉਹਨਾਂ ਨੇ ਰੋਕਿਆ ਅਤੇ ਨਾ ਹੀ ਇਹਦਾ ਪਤਾ ਲਿਆ ਜੀ। ਪਤਾ ਲੱਗ ਸਕਿਆ ਵੀ ਟਰੱਕ ਕਿੱਥੋਂ ਦਾ ਸੀ, ਕਿਹੜੀ ਬਟਾਲੀਅਨ ਦਾ? ਉਹ ਪੁਲਿਸ ਜਾਂਚ ਕਰ ਰਹੀ ਹੈ ਜੀ, ਬੜੀ ਜਲਦੀ ਪਤਾ ਲੱਗ ਜੂ। ਕੈਮਰਿਆਂ ਦੀ ਜਿਹੜੀ ਆ ਉੱਥੋਂ ਸਾਰੇ ਦੱਸ ਦੇਣਗੇ, ਕੈਮਰਿਆਂ 'ਚੋਂ ਤਾਂ ਪਤਾ ਲੱਗ ਹੀ ਜਾਣਾ ਜੀ।